ਸਤਿ ਸ਼੍ਰੀ ਅਕਾਲ ਜੀ, ਆਦਾਬ, ਨਮਸਕਾਰ, ਮੈਂ ਨੀਰੂ ਬਿਜਲਵਾਨ ਹਾਜ਼ਰ ਹਾਂ ਫਿਲਮੀ ਫਰਾਈਡੇ ਲੈ ਕੇ। ਤੁਹਾਨੂੰ ਦੱਸਦਾ ਕਿ ਅੱਜ ਪੰਜਾਬੀ ਫਿਲਮ ਜੋ ਹੈ ਅਫਸਰ ਰਿਲੀਜ਼ ਹੋਈ ਹੈ ਨਿਮਰਤ ਖਹਿਰਾ ਅਤੇ ਤਰਸੇਮ ਜੱਸਰ ਦਾ ਜੀ। ਅਗਰ ਗੱਲ ਕਰੀਏ ਜੋੜੀ ਜੇ ਪਹਿਲੀ ਵਾਰ ਨਜ਼ਰ ਆਉਣ ਵਾਲੀ ਹੈ ਅਤੇ ਲੋਕਾਂ ਦਾ ਕੀ ਕਹਿਣਾ ਇਸ ਫਿਲਮ ਬਾਰੇ, ਚਲੋ ਅੰਦਰ ਚੱਲਦੇ ਨੇ ਅਤੇ ਦੇਖਦੇ ਨੇ ਕੀ ਕਹਿੰਦੇ ਲੋਕ, ਕਿੰਨੇ ਸਟਾਰ ਦਿੰਦੇ ਨੇ ਇਸ ਫਿਲਮ ਨੂੰ। ਡੈਡੀ ਜੀ ਘਰ ਮੁੰਡੇ ਵਾਲੇ ਆ ਗਏ। ਮੁੰਡਾ ਕਾਨੂੰ ਕੋ ਲੱਗਾ ਹੋਇਆ, ਪਟਵਾਰੀ ਤੋਂ ਤਾਂ ਹੀ ਹੁੰਦਾ ਕਹਿੰਦੇ। ਉਹ ਪ੍ਰਾਪਰ ਕਿਹੜੇ ਹੁੰਦੇ ਆ ਜੀ, ਜਦੋਂ ਕੋਈ ਅੰਬਾਂ ਦੀ ਪੇਟੀ ਦੇ ਕੇ ਜਾਂਦਾ ਨਾ ਤਾਂ ਉਹ ਪਟਵਾਰੀ ਦੀ ਮਰਜ਼ੀ ਹੁੰਦੀ ਹੈ ਵੀ ਉਹਦੇ ਚੋਂ ਕਾਨੂੰ ਕੋ ਨੂੰ ਇੱਕ ਅੰਬ ਦੇਣਾ ਜਾਂ ਦੋ। ਸੋ ਫਾਈਨਲੀ ਜੇ ਹੈ ਅੰਦਰ ਇੰਟਰਵਲ ਹੋ ਚੁੱਕਿਆ ਤੇ ਤੁਹਾਨੂੰ ਦੱਸਦਾ ਕਿ ਰਸ਼ ਕਾਫੀ ਹੈ, ਫਿਲਮ ਦੀ ਜੋ ਹੈ ਬੁਕਿੰਗ ਜੋ ਹੈ ਜ਼ਬਰਦਸਤ ਚੱਲ ਰਹੀ ਹੈ। ਅੱਜ ਜੋ ਹੈ ਸਲਮਾਨ ਖਾਨ ਦੇ ਜੀਜੇ ਦੀ ਫਿਲਮ ਲਵਰਾਤਰੀ ਵੀ ਰਿਲੀਜ਼ ਹੋਈ ਹੈ, ਲੇਕਿਨ ਭਾਈ ਅਫਸਰ ਤਾਂ ਅਫਸਰ ਹੈ, ਅਫਸਰ ਦੇ ਅੱਗੇ ਸਾਰੇ ਠੰਡੇ ਪੈ ਗਏ ਨੇ। ਤੇਰਾ ਪੁੱਤ ਕਾਨੂੰ ਕੋ ਲੱਗ ਗਿਆ ਮੀ ਜਿਉਂਦਾ ਰਹਿ ਪੁੱਤ, ਕਦੇ ਰੱਬ ਪਟਵਾਰੀ ਵੀ ਲਾਉਂਦਾ। ਤੁਸੀਂ ਕਿਸੇ ਤਰ੍ਹਾਂ ਪਟਵਾਰੀ ਨਹੀਂ ਬਣ ਸਕਦੇ ਭਾਈ, ਕੋਈ ਵੱਡਾ ਆਫੀਸਰ ਛੋਟੀ ਮਤਲਬ ਛੋਟੀ ਪੋਸਟ ਤੇ ਕਿਵੇਂ ਜਾ ਸਕਦਾ ਹੈ, ਲੇਕਿਨ ਭਾਈ ਪਿਆਰ ਦੇ ਚੱਕਰ ਵਿੱਚ ਕੀ ਨਹੀਂ ਕਰਨਾ ਪੈਂਦਾ ਹੈ। ਤੇ ਮੈਂ ਤੁਹਾਨੂੰ ਦੱਸਦਾ ਕਿ ਜਸਪਾਲ ਜੋ ਹੈ ਹਰਮਨ ਦੇ ਚੱਕਰ 'ਚ ਝੂਠ ਹੀ ਕਹਿ ਦਿੰਦਾ ਕਿ ਭਾਈ ਉਹ ਜੋ ਹੈ ਪਟਵਾਰੀ ਲੱਗ ਗਿਆ, ਲੇਕਿਨ ਜਦ ਹਰਮਨ ਦੇ ਪਿਓ ਨੂੰ ਪਤਾ ਲੱਗਦਾ ਹੈ ਤਾਂ ਕੀ ਗਾ ਪੈਂਦਾ ਹੈ। ਹੁਣ ਸਭ ਕੁਝ ਇੱਥੇ ਦਿਖਾ ਦੂੰਗੀ, ਤੁਸੀਂ ਫਿਲਮ ਦੇਖਣ ਤਾਂ ਪਹੁੰਚੋਗੇ ਨਹੀਂ। ਤੁਹਾਡਾ ਅਫਸਰ ਲੱਗਿਆ, ਲੈ ਆ ਕਾਨੂੰ ਕੋ ਨੂੰ ਅਫਸਰ ਦੱਸੀ ਜਾਂਦਾ। ਤੁਸੀਂ ਕਿਸੇ ਤਰ੍ਹਾਂ ਪਟਵਾਰੀ ਨਹੀਂ ਲੱਗ ਸਕਦੇ, ਲੇਕਿਨ ਇਹ ਪਟਵਾਰੀ ਮੈਂ ਤੁਹਾਨੂੰ ਦੱਸਾਂ ਕਿ ਹਰਮਨ ਦੇ ਦਿਲ ਤੇ ਸਪੈਸ਼ਲ ਥਾਂ ਬਣਾ ਚੁੱਕਿਆ, ਪਿਆਰ ਮੁਹੱਬਤ ਚੱਲ ਰਹੀ ਹੈ। ਨਿਮਰਤ ਖਹਿਰਾ, ਆਈ ਸੀਰੀਅਸਲੀ ਐਪਰੀਸ਼ੀਏਟ ਹਰ ਐਕਟਿੰਗ ਸਕਿੱਲਸ, ਬਹੁਤ ਹੀ ਖੂਬਸੂਰਤ ਢੰਗ ਨਾਲ ਉਹਨੇ ਆਪਣਾ ਜੋ ਹੈ ਅਧਿਆਪਿਕਾ ਦਾ ਰੋਲ ਅਦਾ ਕੀਤਾ। ਅਤੇ ਦੂਜੇ ਪਾਸੇ ਸਾਡੇ ਕਰਮਜੀਤ ਅਨਮੋਲ ਨਾਲ ਗੁਰਪ੍ਰੀਤ ਘੁੱਗੀ, ਅਗਰ ਉਹ ਦੋਨੋਂ ਫਿਲਮ 'ਚ ਨਾ ਹੋਣ ਤਾਂ ਉੱਥੇ ਗਾ ਨਾ ਪਏ। ਜਦੋਂ ਤੁਸੀਂ ਮੈਨੂੰ ਪਹਿਲੀ ਵਾਰੀ ਉੱਥੇ ਬਾਜ਼ਾਰ ਦੇਖਣ ਆਏ ਸੀ, ਤੁਸੀਂ ਮੈਨੂੰ ਚੰਗੇ ਬਹੁਤ ਲੱਗੇ ਸੀ। ਮੈਂ ਵੀ ਉਦੋਂ ਨੇ ਸੋਚ ਲਿਆ ਸੀ ਵੀ ਜਸਪਾਲ ਸਿੰਘ ਸਰਦਾਰਨੀ ਤਾਂ ਤੇਰੀ ਇਹੀ ਬਣੂਗੀ। ਜਸ ਗਰੇਵਾਲ ਦੀ ਕਹਾਣੀ ਹਮੇਸ਼ਾ ਹੀ ਡਿਫਰੈਂਟ ਹੁੰਦੀ ਹੈ। ਉਹਨਾਂ ਦੀ ਫਿਲਮਾਂ ਵਿੱਚ ਤਵੱਜੋ ਦਿੱਤੀ ਜਾਂਦੀ ਹੈ ਫੀਮੇਲਸ ਨੂੰ, ਫੀਮੇਲਸ ਦੇ ਨਾਲ ਮੇਲਸ ਨੂੰ ਬਰਾਬਰ ਹੀ ਰੱਖਦੇ ਨੇ, ਲੇਕਿਨ ਭਾਈ ਇਸ ਵਾਰ ਕੁਝ ਡਿਫਰੈਂਟ ਸੀਗਾ, ਕਿਉਂਕਿ ਇਸ ਵਾਰ ਡਿਫਰੈਂਟ ਇਹ ਸੀਗਾ ਕਿ ਜਸ ਗਰੇਵਾਲ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁੜੀਆਂ ਵੀ ਸਮਝਦਾਰ ਹੁੰਦੀਆਂ ਨੇ, ਭਾਵੇਂ ਉਹਨਾਂ ਨੂੰ ਕਿਤਨਾ ਹੀ ਤੁਸੀਂ ਭੋਲਾ ਕਿਉਂ ਨਾ ਸਮਝ ਲਓ। ਸਾਡੇ ਵੱਲੋਂ ਤਾਂ ਹਾਂ, ਇਸ਼ਕ ਜਾ ਹੋ ਗਿਆ ਲੱਗਦਾ ਏ। ਇਹ ਕਾਕਾ ਜੀ ਮੁੰਡਾ ਕਾਨੂੰ ਕੋ ਲੱਗਿਆ, ਜੇ ਪਟਵਾਰੀ ਲੱਗਿਆ ਹੁੰਦਾ ਐ ਲੋਕਾਂ ਦੇ ਪੈਰਾਂ 'ਚ ਨਾ ਵੇਚਦਾ ਫਿਰਦਾ। ਅਗਰ ਪੰਜਾਬੀ ਫਿਲਮਾਂ ਦੀ ਬਾਕਸ ਆਫਿਸ ਰਿਪੋਰਟ ਦੀ ਗੱਲ ਕਰੀਏ ਤਾਂ ਭਾਈ ਹਰ ਫਿਲਮ ਜੋ ਹੈ ਆਪਣੀ ਤਕਦੀਰ ਆਪਣੇ ਨਾਲ ਲੈ ਕੇ ਆਉਂਦੀ ਹੈ ਤੇ ਅਫਸਰ ਦੀ ਅਫਸਰ ਸ਼ਾਹੀ ਜੋ ਹੈ ਲੋਕਾਂ ਨੂੰ ਪਸੰਦ ਆ ਰਹੀ ਹੈ। ਅੱਛੀ ਸੀਗੀ, ਬਹੁਤ ਵਧੀਆ ਸੀਗੀ, ਕਾਫੀ ਕਮੇਡੀ ਸੀਗੀ, ਮਤਲਬ ਬਾਕੀ ਸਟੋਰੀਆਂ ਨਾਲੋਂ ਅਲੱਗ ਸੀਗੀ। ਹੈ ਹਰੀ ਤਾਂ ਪਟਵਾਰੀ ਹੈ, ਰਿਮਾਂਡ ਵੀ ਕਿਵੇਂ ਚੱਲਦੀ ਹੈ, ਜਿਹੜੇ ਕਲਾਸ 'ਚ ਮੁਰਗੇ ਬਣਾ ਲਈਦੇ ਆ ਤੇ ਰਾਤ ਨੂੰ ਪਤੀਲੇ 'ਚ। ਹੋਰ ਵੀ ਕਾਫੀ ਦੇਖੀਆਂ ਕਿਤੇ ਯਾਰ, ਮਜ਼ਾ ਮੁਜ਼ਾ ਲੈ ਕੇ ਵੀ ਬਾਅਦ ਲੋਕ ਇੱਦਾਂ ਹੀ ਕਹਿੰਦੇ ਬਕਵਾਸ ਆ ਜਾਂ ਕੁਛ ਵੀ ਆ। ਪਟਵਾਰੀ ਤਾਂ ਮੱਝ ਦੇ ਥਾਪੀ ਮਾਰ ਦੇਣ, 2 ਕਿਲੋ ਦੁੱਧ ਤੇ 5 ਕਿਲੋ ਗੋਹਾ ਵੱਧ ਦਿੰਦੀ ਹੈ। ਕੰਨੂ ਗੋਦੀ ਗੱਲ ਕਰ ਲੈ, ਪਟਵਾਰੀ ਤਾਂ ਪਟਵਾਰੀ ਹੈ। 5 ਨਹੀਂ 4 ਤਾਂ ਹੈ ਹੀ ਆ, ਇੱਦਾਂ ਹੀ ਇੱਦਾਂ ਸੀ, ਇੱਦਾਂ ਹੀ ਇੱਦਾਂ ਸੀ। ਕਿੰਨੇ ਸਟਾਰ ਹੋ ਗਏ? ਹਾਂ ਕਿੰਨੇ ਸਟਾਰ ਹੋ ਗਏ? ਕਿੰਨੇ? ਆਈ ਥਿੰਕ 1 or 2। ਉਹ ਫੋਟੋ ਖਿੱਚਣੀ ਗਵਾਂਢਣੇ ਤੇ ਜਨਾਬ ਕੋਈ ਖੰਗੂ ਰੱਖਣਾ ਰਹਿ ਨਹੀਂ ਮਾਰ ਕੇ ਆਈਦਾ ਹੁੰਦਾ, ਹੁਣ ਕੀ ਫਾਇਦਾ? ਵਧੀਆ ਮੂਵੀ ਹੈ ਜੀ, ਆਪਣੇ ਹਿਸਾਬ ਨਾਲ ਕਰੀ ਜਾਂਦੇ ਬਾਲੀਵੁੱਡ ਵਾਲੇ। ਬਹੁਤ ਵਧੀਆ ਜੀ, ਬਹੁਤ ਵਧੀਆ ਫਿਲਮ ਹੈ ਜੀ, ਬਹੁਤ ਵਧੀਆ ਮੂਵੀ ਸੀਗੀ, ਬਹੁਤ ਵਧੀਆ ਐਕਟਿੰਗ ਸੀਗੀ, ਤੁਸੀਂ ਦੱਸ ਸਕਦੇ ਜੀ। ਕਿੰਨੇ ਸਟਾਰ? 5 to 5। ਸਿਰਾ ਮੂਵੀ ਹੈ ਸਿਰਾ। ਗੁੱਡ ਮਾਰਨਿੰਗ ਭਾਈ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਅੱਜ ਬੱਚੇ ਜਮਾ ਪੂਰੇ ਆਏ ਨੇ, ਦੁਨੀਆ ਦੇ ਤਾਂ ਪੂਰੇ ਹੀ ਹੈ ਜੀ, ਬਸ ਆਪਣੇ 2-3 ਹੋਣ ਵਾਲੇ ਰਹਿੰਦੇ ਆ। ਹਾਂਜੀ, ਬਹੁਤ ਹੀ ਵਧੀਆ, ਬਹੁਤ ਹੀ ਅੱਛੀ, ਵੈਰੀ ਨਾਈਸ, ਬਹੁਤ ਸੋਹਣੀ ਮੂਵੀ ਆ, ਸਾਰੇ ਜਣੇ ਜ਼ਰੂਰ ਦੇਖੋ। ਸੁਪਰ। ਇਸ਼ਕ ਜਾ ਹੋ ਗਿਆ ਲੱਗਦਾ ਏ, ਚੈਨ ਸਾਡਾ ਖੋ ਗਿਆ ਲੱਗਦਾ ਏ, ਪਹਿਲੀ ਕੁੜੀ ਤਾਂ ਬਹੁਤ ਪਸੰਦ ਆ ਜੀ, ਸੁਖਨਾ ਘਰ ਚੰਗਾ ਤੇ ਕੁੜੀ ਸਰਕਾਰੀ ਨੌਕਰੀ ਕਰਦੀ ਹੈ, ਬਹੁਤ ਵਧੀਆ ਮੂਵੀ ਹੈ ਜੀ, ਬਹੁਤ ਵਧੀਆ, ਐਕਸੀਲੈਂਟ ਜੀ, ਬਹੁਤ ਵਧੀਆ ਸੀ, ਸੋ ਸੋ ਹੈ, ਡਿਫਰੈਂਟ ਸੀ, ਬਹੁਤ ਵਧੀਆ ਮੂਵੀ ਸੀ, ਬਹੁਤ ਅੱਛੀ ਹੈ, ਬਹੁਤ ਅੱਛੀ ਲੱਗੀ ਹੈ। ਸਟਾਰਸ ਹੋ ਗਏ? 5 ਸਟਾਰ, ਬਹੁਤ ਅੱਛੀ, ਬਹੁਤ ਵਧੀਆ ਫੈਮਿਲੀ ਫਿਲਮ ਸੀ ਜੀ, ਬਹੁਤ ਵਧੀਆ। ਤੈਨੂੰ ਰਿਸ਼ਤਾ ਮੈਂ ਹੀ ਕਰਾਉਂਗੀ ਤੇ ਕਰਾਉਂਗੀ ਵੀ ਆਪਦੇ ਪੇਕਿਆਂ ਤੋਂ, ਬੜੀ ਸੋਹਣੀ ਸੁਨੱਖੀ ਕੁੜੀ ਹੈ, ਉੱਚੀ ਲੰਮੀ ਪਰੀਆਂ ਵਰਗੀ। ਕੀ ਮੈਡਮ ਕਿੰਨੇ ਸਟਾਰ ਦੋਗੇ? 5 ਸਟਾਰ, ਅਸੀਂ 5 ਸਟਾਰ ਦੇਵਾਂਗੇ। ਹੁਣ ਕੀ ਵਧੀਆ ਲੱਗਿਆ? ਐਕਟਿੰਗ ਵਧੀਆ, ਨਿਰਮਤ ਖਹਿਰਾ ਦੀ ਸ਼ੂਟਿੰਗ ਬਹੁਤ ਵਧੀਆ ਕੀਤੀ ਹੋਈ ਉਹਨਾਂ ਨੇ ਵੀ, ਐਂਡ ਜੱਸੜ ਦੀ ਬਹੁਤ ਵਧੀਆ ਕੀਤੀ।
ਥੈਂਕ ਯੂ ਬਹੁਤ ਵਧੀਆ ਮੂਵੀ ਕਿੰਨੇ ਸਟਾਰ ਦੋਗੇ ਹਾਂਜੀ ਕਿੰਨੇ ਸਟਾਰ ਦੋਗੇ 5 ਵਜੋਂ 4 ਸਟਾਰ ਦੇਣੇ ਜੀ ਤੂੰ ਕਦੇ ਕੋਈ ਵਿਆਹ ਨਹੀਂ ਦੇਖਿਆ ਚਾਚੀ ਮੈਂ ਕਿੱਥੇ ਵਿਆਹ ਦੇਖੇ ਨੇ ਜਦੋਂ ਬੇਬੇ ਬਾਪੂ ਦਾ ਵਿਆਹ ਹੋਇਆ ਨਾ ਮੈਨੂੰ ਲੱਗਦਾ ਮੇਰੇ 8ਵੀਂ ਦੇ ਇਮਤਿਹਾਨ ਚੱਲਦੇ ਸੀ ਬਹੁਤ ਅੱਛੀ ਰਹੀ ਮਜ਼ਾ ਆਇਆ ਹਾਂਜੀ ਜਿਹੜਾ ਤਾਂ ਆਪਾਂ ਨੂੰ ਪਲਾ ਦੇ ਦੇਸੀ ਉਹ ਤਾਂ ਆਪਣਾ ਭਰਾ ਤੇ ਜਿਹੜਾ ਪਲਾ ਦੇ ਵਿਸ਼ਕੀ ਉਹ ਸਮਝ ਲੈ ਫਿਰ ਆਪਣਾ ਪਿਓ ਕੰਪਲੀਟ ਵੇਸਟੇਜ ਪੈਸੇ ਦੇ ਮੇਰੇ ਬਿਕਾਜ਼ ਕੋਈ ਸਟੋਰੀ ਲਾਈਨ ਨਹੀਂ ਕਿਸੇ ਨੂੰ ਐਕਟਿੰਗ ਨਹੀਂ ਆਉਂਦੀ ਆਈ ਡੋਨਟ ਥਿੰਕ ਸੋ ਐਨੀਬਡੀ ਸ਼ੁਡ ਵਾਚ ਇਟ ਅਪਸੈਟ ਮੂਵੀ ਬਾਰੇ ਨੈਵਰ ਐਕਸਪੈਕਟਡ ਸਾ ਕਾਈਂਡ ਆਫ ਥਿੰਗ ਫਰਮ ਤਰਸੇਮ ਲਸਨ ਬੜੀ ਬਗਾਰ ਮੂਵੀ ਸੀ ਡੈਡੀ ਜੀ ਮੈਂ ਕਹਿੰਦਾ ਚਾਰ ਕਾਂਡਿਆਂ ਦੀ ਭੁਰਜੀ ਵੀ ਹੁਣ ਮੰਗਾਈ ਲਓ ਫਿਲਮ ਜੀ ਠੀਕ ਠੀਕ ਹੀ ਹੈ ਸੌ ਸੌ ਲੱਗੀ ਸਾਨੂੰ ਤਾਂ ਠੀਕ ਠਾਕ ਪਹਿਲਾ ਹਾਫ ਠੀਕ ਠਾਕ ਜਿਹਾ ਸੀ ਐਂਡ ਵਾਲਾ ਤਾਂ ਸਟਾਰ ਕਿੰਨੇ ਦਿੰਦੇ ਹੋ 5 ਵਜੋਂ ਮੈਂ ਕਹਿੰਦਾ 5 ਚੋ 1 ਸਟਾਰ 2 ਪ੍ਰੋਡਿਊਸਰ ਐਮਿਕ ਸਿੰਘ ਵਿਰਕ ਤੇ ਮਨਪ੍ਰੀਤ ਜੋਹਲ ਦੀ ਅਕਸਰ ਫਿਲਮ ਨੂੰ ਕਾਫੀ ਪਿਆਰ ਮਿਲਿਆ ਲੋਕਾਂ ਵੱਲੋਂ ਤੁਹਾਨੂੰ ਦੱਸਦਾ ਕਿ ਗੁਲਸ਼ਨ ਸਿੰਘ ਨੇ ਡਾਇਰੈਕਟ ਕੀਤੀ ਹੈ ਜਸ ਗਰੇਵਾਲ ਨੇ ਸਕਰੀਨ ਪਲੇ ਤੇ ਕਹਾਣੀ ਲਿਖੀ ਹੈ ਤੇ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਪਹੁੰਚੋ ਤੇ ਤਰਸੇਮ ਸਿੰਘ ਜੱਸੜ ਤੇ ਨਿਮਰਤ ਖਹਿਰਾ ਦੀ ਅਫਸਰ ਸ਼ਾਹੀ ਨੂੰ ਸਲੂਟ ਕਰੋ ਕੈਮਰਾਮੈਨ ਅਮਰਜੋਤ ਦੇ ਨਾਲ ਨੀਰੂ ਬਿਜਲਵਾਨ ਡੇਲੀ ਪੋਸਟ ਪੰਜਾਬੀ